ਕਬਰਸਤਾਨ ਦੇ ਬਾਹਰ ਕਾਰ ਖਲੋਤੀ ਉਹਨੂੰ ਜਾ ਕੇ ਚਾਬੀ ਲਾਉ ਉੱਥੇ। ਕਰ ਲੈ ਵੀ ਕੀ ਹਾ ਗੱਲ ਕੀ ਹੋਇਆ ਜੀ ਕਬਰਸਤਾਨ ਦੇ ਬਾਹਰ? ਆਪ ਇੱਕ ਕਬਰ ਨੂੰ ਜੱਫੀ ਪਾ ਕੇ ਰੋਈ ਜਾਵੇ, ਅੱਬਾ ਜੀ ਮੈਨੂੰ ਮਾਫ਼ ਕਰ ਦਿਓ, ਅੱਜ ਮੈਂ ਤੁਹਾਡੀ ਕਬਰ ਤੇ ਆਇਆ, ਅੱਬਾ ਮੈਨੂੰ ਮਾਫ਼ ਕਰ ਦਿਓ। ਉਹ ਗੋਰਖਣ ਕਹਿੰਦਾ ਓਏ ਬਸ਼ੀਰ ਦਾ ਪੁੱਤਰ ਕਹਿੰਦਾ ਉਹ ਕਹਿੰਦਾ ਉਹਦੀ ਕਬਰ ਅਗਲੀ ਹੋ। ਗੁੱਸਾ ਕਰ ਗਿਆ ਮੈਂ, ਗੁੱਸਾ ਕਰਕੇ ਗੱਲ ਕਰ। ਕਬਰਸਤਾਨ ਦੇ ਬਾਹਰ ਕਾਰ ਖਲੋਤੀ ਉਹਨੂੰ ਜਾ ਕੇ ਚਾਬੀ ਲਾਉਣ ਦਿਓ। ਮਾਲਕ ਆ ਕਹਿੰਦਾ ਕਿੱਧਰ? ਕਹਿੰਦਾ ਮੈਂ ਸਮਝਿਆ ਭਾਜੀ ਤੁਸੀਂ ਉਹਨੇ ਮਰ ਗਏ। ਆਈ ਸੇ ਗੈਟ ਆਊਟ, ਜਸਟ ਗੈਟ ਆਊਟ। ਭੱਲੇ ਦਾ ਜ਼ਮਾਨਾ ਨਹੀਂ ਰਿਹਾ ਭਾਈ ਜੀ, ਸਾਡੇ ਪਿੰਡ ਇੱਕ ਕੁੜੀ ਸੀ ਭਾਈ ਜੀ, ਸ਼ੁਕਰ ਹੈ ਭਾਈ ਹਜ ਤੇ ਚਲੀ ਗਈ। ਪਾਗਲ ਨਾ ਬਣਾ, ਵਾਪਸ ਆ ਗਈ ਇਧਰ ਆ ਜਾ। ਸਾਡੇ ਪਿੰਡ ਇੱਕ ਕੁੜੀ ਸੀ ਭਾਈ ਜੀ, ਹਾਂਜੀ, ਬੜੀ ਅੱਛੀ ਕੁੜੀ, ਕਦੀ ਘਰੋਂ ਬਾਹਰ ਨਹੀਂ ਸੀ ਜਾਂਦੀ। ਅੱਛਾ। ਬਸ ਉਹਦੇ ਦੋਸਤ ਉਹਨੂੰ ਘਰ ਮਿਲ ਲਾਂਦੇ ਸਨ। ਅੱਛਾ। ਮੀਆਂ ਵਾਲੀ ਦੇ ਬੰਦੇ, ਸਰਗੋਧੇ ਦੇ ਜਵਾਨ ਜਵਾਨ, ਸੋਹਣੇ ਸੋਹਣੇ ਬੰਦੇ। ਅੱਛਾ। ਇੱਕ ਦਿਨ ਘਰ ਆਏ ਤੇ ਸਾਰੇ ਦੋਸਤੋਂ ਮਿਲਣ। ਅੱਛਾ। ਬਸ ਬੈਠੇ ਮਨੋਰੰਜਨ ਚੱਲਣ ਡਿਆ ਸੀ। ਅੱਛਾ। ਉਸ ਕੁੜੀ ਦਾ ਭਰਾ ਆ ਗਿਆ, ਫਿਰ ਬੰਦੇ ਡਰ ਕੇ ਖਲੋ ਗਏ ਸਾਰੇ ਹੀ। ਅੱਛਾ। ਉਹਦੇ ਭਰਾ ਨੇ ਬੰਦਿਆਂ ਨੂੰ ਵੇਖਿਆ ਔਰ ਕਹਿੰਦਾ ਬੈਠੋ ਬੈਠੋ, ਲਿਆ ਡਾਲਾ। ਬਿਰਿਆਨੀ ਵਿੱਚ ਬੋਟੀਆਂ ਬੜੀਆਂ ਕਮਜ਼ੋਰ ਨੇ। ਪਾਗਲਾ, ਮੋਟੀ ਮੁਰਗੀ 'ਚ ਜ਼ਾਇਕਾ ਨਹੀਂ ਹੁੰਦਾ। ਅੱਛਾ, ਚਲੋ ਬਾਹਰ। ਐਨੀਵੇ ਦੱਸ ਦੇਣਾ ਤੁਸੀਂ ਕੌਣ? ਪਛਾਣਿਆ ਨਹੀਂ? ਆ ਤੁਸੀਂ ਮੈਂ ਪਛਾਣ ਸਕਿਆ ਮੈਂ, ਦੱਸੋ ਤਾਰਕ ਰਾਜੂ। ਤੁਹਾਡੇ ਬੈਂਕ 'ਚ ਕਿਹੜੀ ਕੁੜੀ ਆ ਕੇ ਬੈਂਦੀ? ਇਹ ਕੁੜੀ ਕਾਂਦੀ ਸਾਡੇ ਬਲੈਕ ਚਸ਼ਮੇ ਲਾ ਕੇ ਆਉਂਦੀ ਕਈ ਵਾਰੀ ਆਉਂਦੀ। ਉਹ ਤੁਸੀਂ ਤਾਂ ਵੀ? ਅੱਛਾ ਅੱਛਾ ਤੁਸੀਂ, ਤੇ ਇੱਧਰ ਕਿਸ ਸਿਲਸਿਲੇ? ਮੇਰੀ ਗੱਲ ਸੁਣੋ ਜੀ, ਗੱਲਾਂ ਸਾਰੀਆਂ ਛੱਡੋ, ਇੱਧਰ ਉੱਧਰ ਦੀਆਂ ਨਾ ਮਾਰੋ। ਹਾਂਜੀ, ਮੈਨੂੰ ਤੁਹਾਡੇ ਨਾਲ ਹੋ ਗਿਆ ਇਸ਼ਕ। ਇਹੋ ਜੀ ਗੱਲ ਇੱਥੇ ਨਾ ਕਰੋ, ਖੁਦਾ ਦਾ ਵਾਸਤਾ ਪਲੇਸਿੰਗ ਸਹੀ ਨਹੀਂ। ਠਹਿਰੋ ਠਹਿਰੋ, ਕੀ ਹੈ? ਤੁਹਾਡੀ ਸ਼ਕਲ ਤੋਂ ਲੱਗਦਾ ਤੁਹਾਡੀ ਬੀਵੀ ਤੁਹਾਡੇ ਤੋਂ ਜ਼ਿਆਦਾ ਲੋਕਾਂ ਨੂੰ ਟਾਈਮ ਦਿੰਦੀ ਹੈ। ਕੀ ਪੇ ਕਰਦੇ ਹੋ, ਫਿਲਮਾਂ 'ਚ ਕੰਮ ਕਰਦੀ ਹੈ? ਤੇ ਇਹੀ ਤੇ ਮੈਂ ਕਹਿ ਰਹੀ ਆ, ਗੰਦੇ ਜ਼ੇਨ ਦੇ ਮਾਲਕਾ। ਓਹੋ, ਆਪਣਾ ਤੋਤੇ ਜ਼ੇਨ ਦੀ ਮਾਲਕੇ, ਮੈਂ ਵੀ ਤੈਨੂੰ ਸਮਝਾ ਰਿਹਾ ਕਿ ਪਲੇਸਿੰਗ ਠੀਕ ਨਹੀਂ ਹੈਗੀ। ਅੱਛਾ ਮੇਰੀ ਗੱਲ ਸੁਣੋ ਨਾ। ਹਾਂ ਦੱਸੋ ਨਾ। ਮੈਂ ਤੁਹਾਡੇ ਬਗੈਰ ਮਰ ਜਾਾਂਗੀ। ਅੱਲਾ ਰਹਿਮ ਕਰੇ, ਅੱਗੇ ਕਿਹੜਾ ਤੂੰ ਨੌ ਮਣ ਦੀ ਬੋਰੀ ਚੁੱਕ ਲੈਣੀ ਹੈ। ਅੱਛਾ ਮੇਰੀ ਗੱਲ ਸੁਣੋ, ਕੀ ਹੈ? ਤੁਸੀਂ ਨਾ ਸ਼ਾਮ ਨੂੰ ਨਾ 6 ਵਜੇ ਮੈਨੂੰ ਪੀਸੀ ਮਿਲਣ ਆਣਾ ਹੈ। ਕਿੱਥੇ? ਪੀਸੀ। ਬਸ ਪੱਕਾ ਹੋ ਗਿਆ, ਪੀਸੀ ਆਵਾਂਗਾ। ਪੱਕੀ ਗੱਲ ਹੈ ਨਾ? ਓਕੇ ਡਨ। ਬੁੱਲਣਾ ਨਹੀਂ। ਮੈਂ ਕਹਿੰਦਾ ਮੈਂ ਆਵਾਂਗਾ ਪੀਸੀ, ਤੁਸੀਂ ਬਲਾ ਪਿਓ ਦਾ ਜਨਾਜ਼ਾ ਛੱਡ ਗਿਆ ਈ। ਚਲੋ ਜੀ, ਇੱਕ ਦਾ ਕੰਮ ਹੋਇਆ। ਹਾਏ ਅੱਲਾ, ਇਤਨਾ ਹੁਸਨ ਕਿਨੂੰ ਕਹਿ ਰਹੇ ਹੋ? ਤੈਨੂੰ ਕਹਿ ਰਹੀਆਂ, ਤੈਨੂੰ ਕਹਿ ਰਹੀਆਂ। ਮੈਨੂੰ? ਆਹੋ, ਅੰਨੀ ਤੇ ਨਹੀਂ ਹੋ ਗਈ? ਅੰਨੀ ਤੇ ਹੋ ਗਈ ਆ ਤੇਰੇ ਪਿਆਰ ਵਿੱਚ। ਹੈ ਜੀ? ਹਾਂ। ਕੀ ਕਹਿ ਰਹੇ ਹੋ? ਤੁਹਾਡੇ ਇਸ਼ਕੇ ਚੰਨੀ ਹੋ ਗਈ ਆ। ਮੇਰੇ ਇਸ਼ਕੇ ਚ? ਜੀ। ਤੁਹਾਡੇ ਸ਼ੋਰੂਮ ਦੇ ਬਾਹਰ ਕਿਹੜੀ ਕੁੜੀ ਖਲੋਂਦੀ ਹੈ? ਤੁਸੀਂ ਖਲੋਂਦੇ ਹੋ? ਖਾਦਮ। ਅੱਛਾ ਜੀ। ਹਾਂ ਜੀ। ਤੇ ਹੁਕਮ ਕਰੋ, ਕੀ ਆਰਡਰ ਹੈ? ਹੁਕਮ ਕੁਛ ਨਹੀਂ, ਅਰਜ਼ ਕਰ ਸਕਦੇ, ਤੁਹਾਡਾ ਨਾ ਇਸ਼ਕ ਹੋ ਗਿਆ, ਤੁਹਾਡਾ ਨਾ ਵਿਆਹ ਕਰਨਾ ਚਾਹੀਦਾ। ਨਾ ਕਰ, ਮੈਂ ਇੰਨੇ ਜੋਗਾ ਨਹੀਂ। ਤੇਰੀ ਬੜੀ ਮਿਹਰਬਾਨੀ, ਸੱਚ ਬੋਲ। ਪਛਾਣਿਆ ਮੈਨੂੰ ਲਾਲ ਗੱਡੀ 'ਚ। ਅੱਛਾ ਅੱਛਾ, ਲਾਲ ਗੱਡੀ। ਲਾਲ ਗੱਡੀ ਤੁਹਾਡੀ? ਆਹੋ। ਅੱਛਾ ਅੱਛਾ ਅੱਛਾ, ਮੈਂ ਵੇਖੀ ਕੋਈ ਨਹੀਂ, ਐਵੇਂ ਅੰਦਾਜ਼ਾ ਹੀ ਲਾਇਆ। ਕਾਲੀ ਗੱਡੀ ਤੁਹਾਡੀ ਹੈ ਨਾ? ਜੀ ਜੀ। ਮੈਂ ਅੰਦਾਜ਼ਾ ਨਹੀਂ ਲਾਇਆ, ਮੈਨੂੰ ਪਤਾ ਤੇਰੀ ਗੱਡੀ ਕਾਲੀ ਹੈ। ਸ਼ੋਰੂਮ ਦੇ ਬਾਹਰ ਖਲੋਤੀ ਹੁੰਦੀ ਹੈ ਨਾ? ਅੱਛਾ ਮੇਰੀ ਗੱਲ ਸੁਣੋ। ਜੀ ਜੀ। ਤੁਸੀਂ ਨਾ ਸ਼ਾਮ ਨੂੰ ਮੈਨੂੰ ਪੀਸੀ ਮਿਲਣ ਆਣਾ ਹੈ। ਜੀ। ਸ਼ਾਮ ਨੂੰ ਤੁਸੀਂ ਮੈਨੂੰ ਪੀਸੀ ਮਿਲਣ ਆਣਾ ਹੈ। ਇਹ ਜਗ੍ਹਾ ਬਦਲ ਲਓ ਜੀ। ਕਿਉਂ? ਮੈਨੂੰ ਉਹਨਾਂ ਨੇ ਵੜਨ ਨਹੀਂ ਦੇਣਾ। ਵੜਨ ਦੇਣ ਕੇ ਤੁਸੀਂ ਫਿਕਰ ਨਾ ਕਰੋ, ਸ਼ਾਮ ਨੂੰ 8 ਵਜੇ। ਜੀ ਜੀ ਠੀਕ ਹੈ, 8 ਵਜੇ ਪੀਸੀ। 8 ਵਜੇ ਪੀਸੀ ਤੁਹਾਡੇ ਕੋਲ ਆਵਾਂ? ਹਾਂ ਹਾਂ ਜੀ, ਮੈਂ ਬਿਲਕੁਲ ਤਿਆਰੀਆਂ ਤਿਆਰੀਆਂ ਕਰ ਲਾਂ। ਪੱਕੀ ਗੱਲ ਹੈ? ਜੀ ਜੀ। ਸ਼ੁਕਰ। ਬਸ ਕਿਹਨੂੰ ਕੀ ਦੱਸਾਂ, ਮੇਰੀ ਸੱਸ ਨੇ ਮੇਰਾ ਬੇੜਾ ਗਰਕ ਕਰ ਦਿੱਤਾ, ਉਹਨੇ ਮੇਰੇ ਮਨਸ਼ੂਰ ਅੱਗੇ ਪਿੱਛੇ ਕਰ ਦਿੱਤੇ ਨੇ। ਅੱਛਾ, ਅੱਜ ਤੋਂ ਮਾਯੂਸੀ ਖਤਮ, ਅੱਜ ਸ਼ਾਮ ਆਪਨੇ ਮੈਨੂੰ 9 ਵਜੇ ਪੀਸੀ ਮੇ ਮਿਲਨੇ ਆਣਾ। ਸੱਚ ਕਹਿ ਰਹੀ ਹੋ? ਹਾਂ। ਝੂਠ ਤਾਂ ਨਹੀਂ ਬੋਲ ਰਹੀ? ਨਹੀਂ। ਠੀਕ ਹੈ, 9 ਵਜੇ। ਮੈਂ ਝੂਠ ਬੋਲੂੰ ਤਾਂ ਜਾਨੂੰ ਆਪ ਮਰ ਜਾਏ। ਬਹੁਤ ਅੱਛੇ ਮਾਰੀ ਮੈਨੂੰ ਹੀ। ਲੈ ਮੈਂ 9 ਵਜੇ ਪੀਸੀ। ਓਕੇ, 9 ਵਜੇ ਪਹੁੰਚ ਜਾਈ, ਉਹ ਨਾ ਹੋਵੇ ਮੈਂ ਉੱਥੇ ਪੀਸੀ ਕਿਸੇ ਦੀ ਟੀਸੀ ਕਰਨ ਲੱਗ ਪਾਂ।
चलो जे तिना दा ते काम होया, एक बंदा रहंदा है। ओ तू घड़ी मुड़ी आ जानी, तैनू किसे ने दसिया भी मैं कुछ खा के फिरंदे आ भी तेरे कोलो रोटी दे पैसे नहीं मंगण लगा है जी। नोट दिता मैं जनाब इहदा भान दिओ, उहने मैनूं 750 दे दो देते। शेख बड़ी सखी कौम है। अच्छा, एक शेख साहब के घरों बिल्ली उन्हां दा दुध पी गई। फिर की उन्हां ने बिल्ली पिछले कमरे च वाड़ के चो ली। शाम नूं 10 बजे तुसी की कर रहे हो? मैं तो कुछ भी नहीं, सौ ही जाना तो उठी जाना। अच्छा फिर इंज कहते तुसी पीसी आ रहा है कुछ भी ना बिच उल्टिया कर दा हो। ठीक है, पीसी आ रहा मैं। पक्की गल है, दाल छड़ दिओ, बाहर दियां बिरयानियां खाओ, मौज लग देनी अज। ला रना बिरयानी। मैं अज क्लोजिंग बैंक जा रही। ਨਹੀਂ ਤੁਸੀਂ ਅੱਜ ਬੈਂਕ ਨਹੀਂ ਜਾਣਾ। ਵਜਾ? ਮੈਂ ਤੁਹਾਡੇ ਨਾਲ ਕੰਮ ਹੈ। ਕੀ ਮਤਲਬ? ਮੈਂ ਅੱਜ ਤੁਹਾਡੀ ਖਾਤਰ ਆਪਣੀ ਸ਼ੂਟਿੰਗ ਕੈਨਸਲ ਕਰਾਈ ਹੈ। ਅੱਛਾ ਜੀ। ਹਾਂਜੀ। ਵਾਹ ਮੇਰੇ ਰੱਬਾ ਜੀ, ਬਾਹਰ ਦੀ ਬਿਰਿਆਨੀ ਨਸੀਬ ਹੋਣ ਲੱਗੀ ਤੇ ਘਰ ਦੀ ਦਾਲ ਗਰਮ ਹੋ ਗਈ। ਦੱਸੋ ਯਾਰ ਕੀ ਮਤਲਬ? ਜਾਨੂੰ ਅੰਦਰ ਆ ਕੇ ਮੇਰੀ ਗੱਲ ਸੁਣ। ਜਾਨੂੰ ਮੇਰੀ ਗੱਲ ਸੁਣੋ। ਮੈਂ ਤੁਹਾਡੇ ਨਾਲ ਕੱਲਿਆਂ ਗੱਲ ਕਰ। ਮੱਖਣ ਦਾ ਤੜਕਾ ਲਾ ਕੇ ਨਾ ਤੇ ਛੋਟਾ ਛੋਟਾ ਅਦਰਕ ਕੱਢਾਂਗੇ।